ਸਤਿ ਸ੍ਰੀ ਅਕਾਲ ਤੁਹਾਨੂੰ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਕੇਸੀਆਂ ਤਬੀਤਾਂ ਨੇ ਤੁਹਾਡੀਆਂ ਸਾਰਿਆਂ ਦੀਆਂ ਤੇ ਸਾਰੇ ਤੁਸੀਂ ਠੀਕ ਠਾਕ ਹੋ ਮੈਂ ਪਿਛਲੀ ਦਫਾ ਮੈਂ ਸ਼ਾਇਰ ਤੋਂ ਨਹੀਂ ਜਿਹੜੇ 5-6 ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਤੇ ਉਹ ਖਲੀਕ ਸਾਹਿਬ ਨੇ ਦੇਖੀ ਉਹਨਾਂ ਨੇ ਮੈਸੇਜ ਕੀਤਾ ਮੈਨੂੰ ਤੇ ਉਹਨਾਂ ਨੇ ਕਿਹਾ ਕਿ ਬੜਾ ਅੱਛਾ ਲੱਗਿਆ ਸ਼ਾਇਰੀ ਔਰ ਸਪੈਸ਼ਲੀ ਉਹਨਾਂ ਨੇ ਪੰਜਾਬੀ ਸ਼ਾਇਰੀ ਦੀ ਬੜੀ ਤਾਰੀਫ ਕੀਤੀ ਉਹ ਕਹਿੰਦੇ ਕਿ ਮੈਨੂੰ ਪੰਜਾਬੀ ਬੜੀ ਅੱਛੀ ਲੱਗੀ ਬੱਸ ਬੀ ਦੀ ਗੱਲ ਹੈ ਕਿ ਸਰ ਨੂੰ ਪੰਜਾਬੀ ਦੀ ਅੱਛੀ ਲੱਗਦੀ ਏ ਕਿਸ ਨੂੰ ਉਰਦੂ ਦੀ ਸ਼ਾਇਰੀ ਅੱਛੀ ਲੱਗਦੀ ਏ ਔਰ ਆਪਣੀ ਆਪਣੀ ਪਸੰਦ ਹੁੰਦੀ ਏ ਪਰ ਉਹ ਜਿਹੜਾ ਆਪਣੀ ਮਾਤਰੀ ਜ਼ੁਬਾਨ ਹੁੰਦੀ ਏ ਉਹਦੇ ਵਿੱਚ ਕੋਈ ਸੁਣੋ ਕੋਈ ਸ਼ਾਇਰੀ ਕਰੋ ਤੇ ਕਿਸੇ ਕੋਈ ਵੀ ਐਸਾ ਸ਼ੇਅਰ ਸੁਣ ਲਓ ਕੁਝ ਕਰ ਲਓ ਤੇ ਉਹ ਚੰਗਾ ਲੱਗਦਾ ਤੇ ਮੈਂ ਉਹਨਾਂ ਦਾ ਸ਼ੁਕਰੀਆ ادا ਕਰਨੀ ਆ ਕਿ ਉਹਨਾਂ ਨੇ ਮੇਰਾ ਪਸੰਦ ਵੀ ਕੀਤਾ ਔਰ ਮੈਸੇਜ ਕਰਕੇ ਮੈਨੂੰ ਦੱਸਿਆ ਕਿਉਂਕਿ ਇੱਕ ਜੁਮਲਾ ਲਿਖਣ ਦੇ ਨਾਲ ਜਾਂ ਇੱਕ ਇੱਕ ਲਫ਼ਜ਼ ਲਿਖਣਾ ਕਿਸੇ ਤੋਂ ਥੋੜੀ ਜੀ ਹੌਸਲਾ ਅਫਜ਼ਾਈ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਤੁਸੀਂ ਦੇਖ ਰਹੇ ਹੋ ਕਾਰਜ ਤੁਹਾਨੂੰ ਅੱਛਾ ਲੱਗਦਾ ਹੈ ਤਾਂ ਫਿਰ ਅਗਲੇ ਦਾ ਦਿਲ ਖੁਸ਼ ਹੋ ਜਾਂਦਾ ਵੇ ਕਿ ਚਲੋ ਵੀ ਪਸੰਦ ਕੀਤਾ ਵੇ ਔਰ ਫਿਰ ਹੌਸਲਾ ਵਧਦਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਖਲੇਕ ਸਾਹਿਬ ਕਿ ਤੁਸੀਂ ਦੇਖਿਆ ਵੀ ਤਦ ਤੁਸੀਂ ਉਹ ਪਸੰਦ ਕੀਤਾ ਔਰ ਤੁਸੀਂ ਪੰਜਾਬੀ ਸ਼ਾਇਰੀ ਨੂੰ ਹੀ ਪਸੰਦ ਕੀਤਾ ਮੈਂ ਤੁਹਾਡਾ ਸ਼ੁਕਰੀਆ ਦਾ ਕਹ ਨਹੀਂ ਹੋ ਸਕਦਾ ਤੁਸੀਂ ਫਿਰ ਅਗਲੀ ਦਫਾ ਫੇਰ ਆ ਦੇਖ ਲਵੋ ਤੇ ਬਾਅਦ ਦੇਖੋ ਹੈ ਇਹ 7 ਦਿਨ ਬਾਅਦ ਦੇਖੋ ਤੇ ਇਹ ਤੁਹਾਨੂੰ ਚੰਗਾ ਲੱਗੇ ਤੇ ਜੇ ਤੁਸੀਂ ਦੁਬਾਰਾ ਦੇਖੋ ਤੇ ਮੈਸੇਜ ਜ਼ਰੂਰ ਕਰਿਓ ਮੈਂ ਮੈਂ ਜ਼ਿਆਦਾਤਰ ਇਹ ਕਹਿੰਦੀ ਆ ਕਿ ਜੋ ਵੀ ਦੇਖੇ ਕਮਸ ਕਮ ਮੈਸੇਜ ਕਰਦਿਆਂ ਕਰੇ ਤਾਂ ਉਹਦੇ ਨਾਲ ਫਿਰ ਐਵੇਂ ਇੱਕ ਥੋੜੀ ਹੌਸਲਾ افزਾਈ ਵੀ ਹੋ ਜਾਂਦੀ ਏ ਤੇ ਨਾਲੇ ਮੈਨੂੰ ਪਤਾ ਚੱਲ ਜਾਂਦਾ ਹੈ ਕਿ ਕਿਹਨੇ ਦੇਖਿਆ ਵੇ ਕਿਹਨੇ पसंद किया वे तो चलो मैं थोड़े थोड़ा तो चीज़ा होर लभिया सन अज ते तेल मैं शेयर कर ली हूँ ये और बात है कि रंगे बहार कम होगा नई रुतों में दरख्तों का बार कम होगा ताल्लुका में आई है बस ये तब्दीली मिलेंगे अब भी मगर इंतज़ार कम होगा मैं सोचता रहा कल रात भर कल रात बैठ कर तन्हा कि इस हजूम में मेरा शुमार कम होगा तो ये अमन बहुत अच्छा लग गया सी तो मैं ऐ कर लिया एक शेर है जे तेरी खुशबू नहीं मिलती तेरा लहजा नहीं मिलता हमें तो शहर में कोई तेरे जैसा नहीं मिलता बाहर से जो करता है بڑی پیار کی باتیں اندر سے وہی شخص ہمارا نہیں ہوتا اس کی نگاہ بدلنے سے پہلے کی بات ہے میں آسمان پہ تھا تارے زمین پر تھے تے اے میں ایک پنجابی دا بھی مٹونڈیا وے تے میں او بھی پڑھ دنی ہاں کیونکہ پنجابی شاعری میں خود بھی بزاتا خود بھی میں نو بڑی پسند ہے ਤੇ ਇੱਕ ਵਾਰ ਪੜਿਆ ਮੈਨੂੰ ਬੜਾ ਅੱਛਾ ਲੱਗਿਆ ਐ ਜਿਕੇ ਸਿਆਣਿਆਂ ਕੋਲੋਂ ਸੁਣਿਆ ਸੀ ਕਿ ਪੁਰਾਣੇ ਲੋਕ ਬੜੇ ਹੀ ਭਲੇ ਹੁੰਦੇ ਸਨ ਬਈ ਉਹਨਾਂ ਨੂੰ ਦੋ ਮੁਠੀ ਮੁਹੱਬਤ ਦਿੱਤੀ ਜਾਂਦੀ ਸੀ ਨਾ ਤੇ ਉਹ ਸਾਰੀ ਉਮਰ ਉਸ ਦੀ ਉਸ ਮੁਹੱਬਤਾਂ ਚ گزار ਦਿੰਦੇ ਸਨ ਉਹ ਹੁਣ ਤੇ ਲੋਕ ਜਿਹੜੇ ਨੇ ਬੜੇ ਸਿਆਣੇ ਹੋ ਗਏ ਨੇ ਉਹਨਾਂ ਨਾਲ ਮੁਹੱਬਤ ਕਰੋ ਤੇ ਜਵਾਬ ਚ ਮੁਹੱਬਤ ਨਹੀਂ ਮਿਲਦੀ ਬਲਕਿ ਸਬਕ ਦੇ ਕੇ ਜਾਂਦੇ ਨੇ ਤੁਹਾਨੂੰ ਏ ਮੈਨੂੰ ਗੱਲ ਵੀ ਬੜੀ ਚੰਗੀ ਲੱਗੀ ਕਿ ਵਾਕਈ ਉਹ ਜ਼ਮਾਨੇ ਨਾਇਆਬ ਹੋਏ ਕਿ ਜਦੋਂ ਲੋਕ ਸੱਚੀਆਂ ਮੁਹੱਬਤਾਂ ਕਰਦੇ ਸਨ ਹੁਣ ਉਹ ਜ਼ਮਾਨੇ ਨਹੀਂ ਰਏ ਰਵਾਜ ਤੋਂ یہی ਹੈ ਦੁਨੀਆ ਦਾ ਮਿਲ ਜਾਣਾ ਵਿਛੜ ਜਾਣਾ ਤੁਮ ਸੇ ਇਹ ਕੈਸਾ ਰਿਸ਼ਤਾ ਹੈ ਨਾ ਮਿਲਤੇ ਹੋ ਨਾ ਵਿਛੜਤੇ ਹੋ आओ हम तुम इश्क मोहब्बत की दास्तान रख करते हैं कस्मों और वादों की रस्म वफा रखते हैं जब हम रूठे तो तुम तो मनाना ये शर्त रखते हैं जब तुम रूठो तो हम मनाएंगे ये वादा करते हैं तुम कुछ ख़ामोश मोहब्बत करो हम कुछ खामोश इश्क करते हैं ਇਹ ਤੇ ਬਹੁਤ ਮਸ਼ਹੂਰ ਸ਼ੇਅਰ ਨੇ तकरीबन ਸਾਰਿਆਂ ਨੇ ਹੀ ਸੁਨੇ ਹੋਣੇ ਨੇ ਪਰ ਮੈਨੂੰ ਅੱਛੇ ਲੱਗੇ ਤਾਂ ਮੈਂ ਕਿਹਾ ਮੈਂ ਪੜਨਾ ਸ਼ੇਅਰ ਕਰ ਲੈਣੀ ਹਾਂ بارش ਤੇ ਇਸ ਹਵਾ ਤੇ ਬੱਦਲ ਸਭ ਦੀ ਆਪਣੀ ਥਾਂ ਹੁੰਦੀ ਏ ਤੁਪ ਵੀ ਭਾਵੇਂ ਚੰਗੀ ਲੱਗੇ ਛਾਂ ਤੇ ਆਖਰ ਛਾਂ ਹੁੰਦੀ ਏ ਭੈਣ ਭਰਾ ਅੱਬਾ ਯਾ ਪੁੱਤਰ ਸਾਰੇ ਰਿਸ਼ਤੇ ਵਦਿਆ ਨੇ ਪੂਰੀ ਦੁਨੀਆ ਘੁੰਮ ਕੇ ਡਿੱਠਾ ਮਾਂ ਤੇ ਆਖਰ ਮਾਂ ਹੁੰਦੀ ਏ ਤੇ ਇਹ ਤੇ ਬੜੇ ਮਸ਼ਹੂਰ ਨੇ ਅਕਸਰ ਲੋਕਾਂ ਨੇ ਸੁਣੇ ਨੇ ਬਹੁਤ ਹੀ ਅੱਛੇ ਅਲਫਾਜ਼ ਨੇ ਆ ਤੇ ਮੈਨੂੰ ਵੀ ਅੱਛਾ ਲੱਗਿਆ ਮੈਂ ਕਿਹਾ ਚਲੋ ਕੋਈ ਐਸਾ ਵੀ ਹੁੰਦਾ ਬਾਜ਼ ਦਫਾ ਜਿਹਨੇ ਨਹੀਂ ਸੁਣਿਆ ਹੁੰਦਾ ਤੇ ਚਲੋ ਸੁਣ ਲੈਣਗੇ ਵਿਚੜ ਗਿਆ ਮੇਰੇ ਦਿਲ ਦਾ ਜਾਨੀ ਤੇ ਮੈਂ ਕੱਖਾਂ ਵਾਂਗਰ ਰੁੱਲ ਗਈ ਫੁੱਲਾਂ ਨਾਲੋਂ ਨਾਜ਼ੁਕ ਜਿੰਦੜੀ ਮੇਰੀ ਵਿੱਚ ਕੱਡਿਆਂ ਦੇ ਰੁੱਲ ਗਈ ਗਮ ਸਜਣਾ ਦੇ ਮਾਰ ਮੁਕਾਇਆ ਤੇ ਮੈਂ ਅਥਰੂ ਬਣ ਕੇ ਡੁੱਲ ਗਈ ਇੱਕ ਮਾਇਆ ਤੇਰੀ ਯਾਦ ਨਾ ਭੁੱਲਦੀ ਬਾਕੀ ਹਰਸ਼ ਹੈ ਜੱਗ ਦੀ ਭੁੱਲ ਗਈ ਦੇ ਐਵੇਂ ਵਚਾਰ ਬੜੇ ਅچھے ਲੱਗੇ ਸਨ ਇੰਨੇ ਪਿਆਰੇ ਦੇ ਅਲਫਾਜ਼ ਨੇ ਨਾ ਕਿ ਸਾਦਾ ਔਰ ਉਹਦੇ ਵਿੱਚ ਹਾਰ ਤੇ ਇਕ ਸ਼ੇ ਰਵੀ ਕਲ ਵੀ ਤੇਰੇ ਤੇ ਮਾਨ ਸਾਂ ਕਰਦੇ ਅੱਜ ਵੀ ਸਾਨੂੰ ਮਾਨੇ ਨਾ ਰੁਸਿਆ ਕਰ ਜਾਨ ਨੀ ਤੇਰੇ ਵਿੱਚ ਤਾਂ ਸਾਡੀ ਜਾਨ ਹੈ ਐਵਰੀ ਮੇਰੇ ਬੜਾ ਅੱਛਾ ਲੱਗਿਆ ਸੀ ਤੇ ਮੈਂ ਕਿਹਾ ਚਲੋਗੇ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਆ ਕਿ ਪੰਜਾਬੀ ਦੀ ਅਸਲ ਸ਼ਾਇਰੀ ਜਿਹੜੀ ਹੈ ਉਹ ਜ਼ਰਾ ਮੈਨੂੰ ਮਿਲਦੀ ਘਾਟੇ ਪਰ ਫਿਰ ਮੈਂ ਕੋਸ਼ਿਸ਼ ਕਰਨੀ ਆ ਕਿ ਮੈਂ ਫਿਰ ਹੋਰ ਵੀ ਲੱਭਾਂਗੀ ਤੇ ਹੋਰ ਵੀ ਕੋਈ ਚੀਜ਼ਾਂ ਮਿਲ ਜਾਣ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਵਰਵੀ ਕੀ ਜ਼ਿਆਦਾ ਉਰਦੂ ਸ਼ਾਇਰੀ ਜੋ ਕਾਫੀ ਮੇਲ ਜਾਂਦੀ ਹੈ ਡਾਕਟਰ ਦੇ ਉੱਪਰ ਵੀ ਲੋਕ ਲਿਖ ਲੈਂਦੇ ਨੇ ਲੇਕਿ ਪੰਜਾਬੀ ਦੇ ਮੇਰੇ ਇੱਕ ਦੋਸਤ ਨੇ ਉਹਨਾਂ ਨੂੰ ਮੈਂ ਕਿਹਾ ਸੀ ਇੱਕ ਵਾਰ ਤਾਂ ਉਹਨਾਂ ਨੇ ਮੈਨੂੰ ਭੇਜੀ ਸੀ ਪਰ ਬੜੀ ਮੁਸ਼ਕਲ ਅਲਫਾਜ਼ ਸਨ ਕਿ ਮੈਨੂੰ ਕਹਿਣੇ ਨਹੀਂ ਆਉਂਦੇ ਸਨ ਇਸਾ ਸਾਦੇ ਜਿਹੜੇ ਅਲਫਾਜ਼ ਹੁੰਦੇ ਨੇ ਉਹ ਫਿਰ ਮੈਨੂੰ ਅਦਾ ਕਰਨੇ ਵੀ ਆਸਾਨ ਹੁੰਦੇ ਨੇ ਤੇ ਸਮਝਣ ਵਾਲੇ ਵਾਸਤੇ ਵੀ ਆਸਾਨੀ ਹੋ ਜਾਂਦੀ ਏ ਤੇ ਹੁਣ ਮੈਂ ਜਲਦੀ ਆ ਤਾਂ ਫਿਰ ਇਨਸ਼ਾਅੱਲਾ ਮੈਂ ਫਿਰ ਹੁਣ ਕੁਝ ਹੋਰ ਛਾਂਟੀ ਕਰਾਂਗੀ ਕੁਛ ਤੇ ਫਿਰ ਲੈ ਕੇ ਆਵਾਂਗੀ ਤਾੜੇ ਵਾਸਤੇ ਸ਼ਾਇਰੀ ਵਿੱਚ ਵੀ ਕੁਝ ਹੋਰ ਚੀਜ਼ਾਂ ਟੁਰ ਜਣਾਏ ਛੱਡ ਕੇ ਯਾਰੋ ਹੱਸਦਾ ਵਸਦਾ ਵੇੜਾ ਚਾਰ ਦਿਨਾਂ ਦੇ ਮਿਲੇ ਥੇ ਜੋਗੀਆਂ ਵਾਲਾ ਫੇਰਾ ਉਹ ਬੰਦਿਆ ਮਿੱਟੀ ਦੇ ਆ ਉਹ ਬੰਦਿਆ ਮਿੱਟੀ ਦੇ ਆ ਬੰਦਿਆਂ ਮਿੱਟੀ ਦੇਆ ਪੂਰਾ ਪੂਰਾ ਤੋਲ ਬੰਦਿਆਂ ਮਿੱਟੀ ਦੇਆ ਸੱਚਾ ਸੱਚਾ ਬੋਲ ਇਹ ਮਨੂੰ ਅਲਫਾਜ਼ ਯਾਦ ਆ ਗਏ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਤੇ ਚੱਲਨੀ ਆ ਫਿਰ ਇਨਸ਼ਾਅੱਲਾ ਇੱਕ ਨਵੀਂ ਉਸ ਜਿਹੜੀ ਉਹ ਛਾਟਾ ਛੋਟਾਂ ਕੀ ਟਾੜੇ ਵਾਸਤੇ ਬੈਠ ਕੇ ਫਿਰ ਤੇ ਫਿਰ ਤੁਹਾਡੇ ਖਿਦਮਤ ਚ ਹਾਜ਼ਰ ਹੋ ਜਾਵਾਂਗੀ ਅੱਲਾ ਹਾਫਿਜ਼ ਤੇ ਰੱਬ ਰੱਖਾ